ਇਸ ਵੀਡੀਓ ਰਾਹੀਂ ਅਸੀਂ ਪਾਠ ਨੰਬਰ 22 ਲੋਕਤੰਤਰ ਹੈ ਜੋ ਉਸ ਬਾਰੇ ਪੜ੍ਹਾਂਗੇ। ਆਧੁਨਿਕ ਯੁੱਗ ਵਿੱਚ ਵਧੇਰੇ ਦੇਸ਼ਾਂ ਵਿੱਚ ਲੋਕਤੰਤਰੀ ਸਰਕਾਰ ਹੈ। ਵਰਤਮਾਨ ਯੁੱਗ ਦੇ ਵਿੱਚ ਆਮ ਜ਼ਿਆਦਾਤਰ ਦੇਸ਼ਾਂ ਵਿੱਚ ਲੋਕਤੰਤਰ ਹੈ। ਲੋਕਤੰਤਰ ਲੋਕਾਂ ਦਾ ਤੰਤਰ, ਲੋਕਾਂ ਦੁਆਰਾ ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੁੰਦੀ ਹੈ। ਇਹ ਕਿਹਾ ਸੀਗਾ ਅਮੈਰੀਕਾ ਦੇ ਪ੍ਰਸਿੱਧ ਰਾਸ਼ਟਰਪਤੀ ਇਬਰਾਹਿਮ ਲਿੰਕਨ ਨੇ। ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਲੋਕ ਆਪਣਾ ਸ਼ਾਸਨ ਪ੍ਰਬੰਧ ਸਿੱਧੇ ਤੌਰ 'ਤੇ ਭਾਵੇਂ ਆਪਣੇ ਦੁਆਰਾ ਚੁਣੇ ਹੋਏ ਪ੍ਰਤੀਨਿਧਾਂ ਰਾਹੀਂ ਚਲਾਉਂਦੇ ਹਨ। ਅਜਿਹੇ ਲੋਕਤੰਤਰ ਨੂੰ ਸਿੱਧਾ ਲੋਕਤੰਤਰ ਜਾਂ ਪ੍ਰਤੀਨਿਧ ਲੋਕਤੰਤਰ ਕਿਹਾ ਜਾਂਦਾ ਹੈ, ਭਾਵ ਲੋਕ ਆਪਣੇ ਦੁਆਰਾ ਆਪਣੇ ਪ੍ਰਤੀਨਿਧ ਚੁਣ ਕੇ ਅੱਗੇ ਭੇਜਦੇ ਹਨ ਜੋ ਲੋਕਾਂ ਦੇ ਵੱਲੋਂ ਸਾਰੇ ਫੈਸਲੇ ਕਰਦੇ ਹਨ। ਪ੍ਰਤੀਨਿਧਤਾ ਦਾ ਅਨਿਖੜਵਾ ਅੰਗ ਚੋਣਾਂ ਹਨ। ਜਿਹੜੇ ਲੋਕ ਆਪਣੇ ਇਹ ਪ੍ਰਤੀਨਿਧ ਚੁਣਦੇ ਹਨ, ਇਹਨਾਂ ਦਾ ਹੱਲ ਕੀ ਆ, ਕਿਵੇਂ ਚੁਣਦੇ ਨੇ? ਚੋਣਾਂ ਦੇ ਰਾਹੀਂ, ਵੋਟਾਂ ਪੈਂਦੀਆਂ ਨੇ, ਵੋਟਾਂ ਦੇ ਰਾਹੀਂ ਲੋਕ ਆਪਣੇ ਇਹਨਾਂ ਪ੍ਰਤੀਨਿਧਾਂ ਨੂੰ ਚੁਣਦੇ ਹਨ, ਵੋਟਾਂ ਦੇ ਰਾਹੀਂ ਇਹਨਾਂ ਨੂੰ ਬਦਲ ਸਕਦੇ ਨੇ। ਇੱਕ ਵਾਰੀ ਜੇਕਰ ਕੋਈ ਪ੍ਰਤੀਨਿਧ ਲੋਕਾਂ ਦੇ ਅਨੁਸਾਰ ਕੰਮ ਨਹੀਂ ਕਰਦਾ ਤਾਂ ਅਗਲੀਆਂ ਵੋਟਾਂ ਦੇ ਦੌਰਾਨ ਲੋਕ ਉਸ ਨੂੰ ਬਦਲ ਸਕਦੇ ਨੇ, ਭਾਵ ਆਪਣੀ ਵੋਟ ਕਿਸੇ ਹੋਰ ਪ੍ਰਤੀਨਿਧ ਨੂੰ ਪਾ ਸਕਦੇ ਨੇ। ਭਾਰਤ ਵਿੱਚ ਚੋਣ ਪ੍ਰਕਿਰਿਆ ਲਈ ਇੱਕ ਸੁਤੰਤਰ ਸੰਸਥਾ ਚੋਣ ਕਮਿਸ਼ਨ ਬਣਾਈ ਗਈ ਹੈ। ਜਿਹੜੀਆਂ ਇਹ ਚੋਣਾਂ ਹੁੰਦੀਆਂ ਹਨ, ਭਾਵੇਂ ਵੋਟਾਂ ਰਾਹੀਂ ਲੋਕ ਆਪਣੇ ਪ੍ਰਤੀਨਿਧ ਚੁਣਦੇ ਹਨ, ਇਹ ਕਰਵਾਉਂਦਾ ਕੌਣ ਆ? ਇਹਨਾਂ ਨੂੰ ਕਰਵਾਉਂਦਾ ਗਾ ਚੋਣ ਕਮਿਸ਼ਨ। ਭਾਰਤ ਵਿੱਚ ਚੋਣ ਪ੍ਰਕਿਰਿਆ ਲਈ ਇੱਕ ਸੁਤੰਤਰ ਸੰਸਥਾ ਚੋਣ ਕਮਿਸ਼ਨ ਬਣਾਈ ਗਈ ਹੈ, ਜਿਹੜੀ ਸੁਤੰਤਰ ਅਤੇ ਨਿਆਂਪੂਰਨ ਚੋਣਾਂ ਕਰਵਾਉਂਦੀ ਹੈ। ਇਸ ਦਾ ਪ੍ਰਧਾਨ ਚੋਣ ਕਮਿਸ਼ਨ ਹੁੰਦਾ ਹੈ। ਜੋ ਚੋਣ ਕਮਿਸ਼ਨ ਨਾਂ ਦੀ ਸੰਸਥਾ ਹੈ, ਵਰਤਮਾਨ ਸਮੇਂ ਇਸ ਦੇ ਵਿੱਚ 3 ਅਧਿਕਾਰੀ ਹਨ, ਇੱਕ ਮੁੱਖ ਚੋਣ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ ਅਤੇ 2 ਹੁੰਦੇ ਨੇਗੇ ਕਮਿਸ਼ਨਰ। ਇੱਕ ਮੁੱਖ ਚੋਣ ਕਮਿਸ਼ਨਰ ਅਤੇ 2 ਉਸਦੇ ਸਹਾਇਕ ਚੋਣ ਕਮਿਸ਼ਨਰ। ਚੋਣ ਕਮਿਸ਼ਨ ਦੀ ਨਿਯੁਕਤੀ ਭਾਰਤ ਦੇ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ। ਜੋ ਚੋਣ ਕਮਿਸ਼ਨਰ ਹੁੰਦਾ ਗਾ ਉਸਦੀ ਚੋਣ ਨਹੀਂ ਹੁੰਦੀ। ਜਿਵੇਂ ਅਸੀਂ ਵੋਟਾਂ ਦੇ ਰਾਹੀਂ ਆਪਣੇ ਪ੍ਰਤੀਨਿਧ ਚੁਣਦੇ ਹਾਂ, ਅਸੀਂ MLA ਚੁਣਦੇ ਹਾਂ, MP ਚੁਣਦੇ ਹਾਂ, ਤਾਂ ਚੋਣ ਕਮਿਸ਼ਨਰ ਦੀ ਇਸ ਤਰ੍ਹਾਂ ਚੋਣ ਨਹੀਂ ਹੁੰਦੀ। ਨਾ ਹੀ ਚੋਣ ਉਸਦੀ MP ਕਰਦੇ ਨੇ, ਨਾ ਹੀ MLA ਕਰਦੇ ਨੇ। ਚੋਣ ਕਮਿਸ਼ਨਰ ਦੀ ਨਿਯੁਕਤੀ ਹੁੰਦੀ ਹੈ, ਚੋਣ ਨਹੀਂ ਹੁੰਦੀ। ਨਿਯੁਕਤੀ ਦਾ ਭਾਵ ਇਹ ਹੁੰਦਾ ਗਾ ਜਦੋਂ ਰਾਸ਼ਟਰਪਤੀ ਚਾਹੇ ਉਸਨੂੰ ਹਟਾ ਸਕਦਾ, ਤਾਂ ਚੋਣ ਕਮਿਸ਼ਨਰ ਦੀ ਨਿਯੁਕਤੀ ਭਾਰਤ ਦੇ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ। ਚੋਣਾਂ ਦਾ ਇੱਕ ਹੋਰ ਅਨਿਖੜਵਾ ਹਿੱਸਾ ਦੇਸ਼ ਦੇ ਰਾਜਨੀਤਿਕ ਦਲ ਹੁੰਦੇ ਹਨ। ਜਿਹੜੀ ਇਹ ਚੋਣ ਹੁੰਦੀ ਹੈ, ਚੋਣ ਹੁੰਦੀ ਕਿਹਦੀ ਹੈ, ਇਹ ਚੋਣਾਂ ਕੌਣ ਲੜਦਾ? ਤਾਂ ਜਿਹੜੀ ਇਹ ਚੋਣ ਹੁੰਦੀ ਹੈ, ਚੋਣਾਂ ਦੇ ਵਿੱਚ ਜੋ ਉਮੀਦਵਾਰ ਖੜ੍ਹੇ ਹੁੰਦੇ ਨੇ, ਉਹ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ, ਪੋਲੀਟੀਕਲ ਪਾਰਟੀਜ਼ ਵੱਲੋਂ ਖੜ੍ਹੇ ਹੁੰਦੇ ਹਨ। ਤਾਂ ਚੋਣਾਂ ਦਾ ਇੱਕ, ਜਿਸ ਤਰ੍ਹਾਂ ਚੋਣਾਂ ਕੌਣ ਲੋਕ ਚੁਣਦੇ ਨੇ, ਕਿਹਨੂੰ ਚੁਣਦੇ ਨੇ? ਆਪਣੇ ਪ੍ਰਤੀਨਿਧ ਨੂੰ। ਤਾਂ ਜਿਹੜੇ ਉਹ ਪ੍ਰਤੀਨਿਧ ਨੇ, ਜਿਹੜੇ ਉਹ ਉਮੀਦਵਾਰ ਨੇ, ਉਹਨਾਂ ਨੂੰ ਕੌਣ ਖੜ੍ਹਾ ਕਰਦਾ? ਉਹਨਾਂ ਨੂੰ ਵੱਖ ਵੱਖ ਰਾਜਨੀਤਿਕ ਦਲ ਆਪਣੇ ਉਮੀਦਵਾਰ ਵਜੋਂ ਐਲਾਨਦੇ ਹਨ। ਤਾਂ ਚੋਣਾਂ ਦਾ ਇੱਕ ਹੋਰ ਅਨਿਖੜਵਾ ਹਿੱਸਾ ਦੇਸ਼ ਦੇ ਰਾਜਨੀਤਿਕ ਦਲ ਹੁੰਦੇ ਹਨ, ਜੋ ਲੋਕਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਰਾਜਨੀਤਿਕ ਵਿਚਾਰਧਾਰਾਵਾਂ ਦਾ ਪ੍ਰਗਟਾ ਕਰਦੇ ਹਨ। ਫਿਰ ਇਹ ਰਾਜਨੀਤਿਕ ਦਲ ਲੋਕਾਂ ਸਾਹਮਣੇ ਆਪਣੇ ਵਿਚਾਰ ਰੱਖਦੇ ਨੇ ਅਤੇ ਦੱਸਦੇ ਨੇ, ਜੇ ਸਾਡੀ ਸਰਕਾਰ ਬਣੀ, ਜੇ ਅਸੀਂ ਜਿੱਤਦੇ ਹਾਂ ਤਾਂ ਅਸੀਂ ਆਹ ਕੰਮ ਕਰਾਂਗੇ। ਤਾਂ ਜਿਹੜੀ ਪਾਰਟੀ ਦੀ ਸਰਕਾਰ ਪਹਿਲਾਂ ਚੱਲ ਰਹੀ ਹੁੰਦੀ ਆ, ਉਸ ਦੀਆਂ ਘਾਟਾਂ ਦੱਸਦੇ ਨੇ ਕਿ ਇਹਨਾਂ ਨੇ ਇਹ ਕੀਤਾ, ਲੋਕਾਂ ਨਾਲ ਧੱਕਾ ਕੀਤਾ, ਸਾਰਾ ਕੁਝ ਲੋਕਾਂ ਦੇ ਸਾਹਮਣੇ ਰੱਖ ਦਿੰਦੇ ਨੇ। ਰਾਜਨੀਤਿਕ ਦਲ ਹੀ ਚੋਣਾਂ ਲਈ ਉਮੀਦਵਾਰ ਨਾਮਜ਼ਦ ਕਰਦੇ ਹਨ ਅਤੇ ਪ੍ਰਤੀਨਿਧਾਂ ਦੀ ਚੋਣ ਲੜਨ ਵਿੱਚ ਮਦਦ ਕਰਦੇ ਹਨ। ਜਿਵੇਂ ਸਾਡੇ ਕਾਂਗਰਸ ਆ, ਭਾਰਤੀ ਜਨਤਾ ਪਾਰਟੀ ਆ, ਬਹੁਜਨ ਸਮਾਜ ਪਾਰਟੀ ਹੈ, ਅਕਾਲੀ ਦਲ, ਖੇਤਰੀ ਦਲ, ਆਮ ਆਦਮੀ ਪਾਰਟੀ, ਇਹ ਪਾਰਟੀਆਂ ਆਪਣੇ ਆਪਣੇ ਉਮੀਦਵਾਰ ਚੋਣਾਂ ਦੇ ਦੌਰਾਨ ਉਤਾਰਦੀਆਂ ਹਨ ਅਤੇ ਜਿੱਤਣ ਦੇ ਲਈ ਉਹਨਾਂ ਦੀ ਮਦਦ ਕਰਦੀਆਂ ਨੇ ਅਤੇ ਆਪਣੇ ਆਪਣੇ ਮੈਨੀਫੈਸਟੋ ਵੀ ਜਾਰੀ ਕਰਦੀਆਂ ਹਨ। ਪਹਿਲਾ ਪ੍ਰਸ਼ਨ, ਲੋਕਤੰਤਰੀ ਸਰਕਾਰ ਜਾਂ ਲੋਕਤੰਤਰੀ ਸਰਕਾਰ ਹੈ ਕੀ ਹੁੰਦਾ ਹੈ? ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ। ਸਸਾਂਸਰ, ਜਿੱਥੇ ਲੋਕ ਆਪਣਾ ਸ਼ਾਸਨ ਪ੍ਰਬੰਧ ਆਪਣੇ ਦੁਆਰਾ
ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਚਲਾਉਂਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ? ਅਸਿੱਧਾ ਸਿੱਧਾ ਲੋਕਤੰਤਰ ਤਾਂ ਇੱਕੋ ਹੀ ਵਰਤਮਾਨ ਸਮੇਂ ਦੇਸ਼ ਹੈ, ਸਵਿਟਜ਼ਰਲੈਂਡ। ਸਵਿਟਜ਼ਰਲੈਂਡ ਦੇ ਵਿੱਚ ਸਿੱਧਾ ਲੋਕਤੰਤਰ ਆ, ਡਾਇਰੈਕਟ ਡੈਮੋਕ੍ਰੇਸੀ ਆ। ਸਾਡੇ ਭਾਰਤ ਵਿੱਚ ਅਸੀਂ ਆਪਣੇ ਪ੍ਰਤੀਨਿਧ ਚੁਣ ਕੇ ਭੇਜਦੇ ਹਾਂ ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਇਨਡਾਇਰੈਕਟ ਡੈਮੋਕ੍ਰੇਸੀ ਜਾਂ ਅਪ੍ਰਤੱਖ ਲੋਕਤੰਤਰ, ਭਾਵ ਲੋਕ ਸਿੱਧਾ ਭਾਗ ਨਹੀਂ ਲੈਂਦੇ ਸਗੋਂ ਵੋਟਾਂ ਦੇ ਰਾਹੀਂ ਆਪਣੇ ਪ੍ਰਤੀਨਿਧ ਚੁਣ ਕੇ ਭੇਜਦੇ ਨੇ ਅਤੇ ਲੋਕਾਂ ਦੇ ਵੱਲੋਂ ਉਹ ਸਾਰੇ ਫੈਸਲੇ ਕਰਦੇ ਨੇ। ਖਾਲਿਸਤਾਨ ਭਰੋ, ਭਾਰਤ ਵਿੱਚ ਚੋਣ ਪ੍ਰਕਿਰਿਆ ਲਈ ਇੱਕ ਸੁਤੰਤਰ ਸੰਸਥਾ, ਕਿਹੜੀ ਸੰਸਥਾ ਗੀ? ਉਹ ਸੰਸਥਾ ਹੈਗੀ ਹੈਗੀ ਚੋਣ ਕਮਿਸ਼ਨ। ਤੋ ਸੰਸਥਾ ਹੈਗੀ ਆ ਇੱਕ ਸੁਤੰਤਰ ਸੰਸਥਾ ਚੋਣ ਕਮਿਸ਼ਨ ਬਣਾਈ ਗਈ ਹੈ। ਪਹਿਲੀ ਫਿਲਅਪ ਦਾ ਆਨਸਰ ਹੈ ਚੋਣ ਕਮਿਸ਼ਨ। ਪਹਿਲੇ ਖਾਲਿਸਤਾਨ ਦਾ ਆਨਸਰ ਆਵੇਗਾ ਚੋਣ ਕਮਿਸ਼ਨ। ਚੋਣ ਕਮਿਸ਼ਨ ਦੀ ਨਿਯੁਕਤੀ ਰਾਸ਼ਟਰਪਤੀ, ਇਹ ਦੂਜੀ ਖਾਲਿਸਤਾਨ ਦਾ ਆਨਸਰ ਹੈ, ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ। ਪਹਿਲੀ ਖਾਲਿਸਤਾਨ ਦਾ ਆਨਸਰ ਹੈ ਚੋਣ ਕਮਿਸ਼ਨ। ਦੂਜੀ, ਚੋਣ ਕਮਿਸ਼ਨ ਦੀ ਨਿਯੁਕਤੀ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ। ਤੀਜੀ ਖਾਲਿਸਤਾਨ, ਚੋਣ ਲਈ ਉਮੀਦਵਾਰ ਨਾਮਜ਼ਦ ਕਰਦੇ ਹਨ। ਕੌਣ ਕਰਦੇ ਨੇ? ਰਾਜਨੀਤਿਕ ਦਲ। ਇਹ ਤੀਜੀ ਖਾਲਿਸਤਾਨ ਦਾ ਆਨਸਰ ਹੈ, ਰਾਜਨੀਤਿਕ ਦਲ ਚੋਣਾਂ ਲਈ ਉਮੀਦਵਾਰ ਨਾਮਜ਼ਦ ਕਰਦੇ ਹਨ। ਤਾਂ ਪਹਿਲੀ ਖਾਲਿਸਤਾਨ ਦਾ ਆਨਸਰ ਹੈ ਚੋਣ ਕਮਿਸ਼ਨ, ਦੂਜੀ ਦਾ ਰਾਸ਼ਟਰਪਤੀ ਅਤੇ ਤੀਜੀ ਦਾ ਹੈ ਰਾਜਨੀਤਿਕ ਦਲ। ਇਸ ਤਰ੍ਹਾਂ ਇਹ ਤਿੰਨ ਖਾਲਿਸਤਾਨ, ਪਹਿਲੀ ਦਾ ਚੋਣ ਕਮਿਸ਼ਨ, ਦੂਜੀ ਦਾ ਰਾਸ਼ਟਰਪਤੀ ਅਤੇ ਤੀਜੀ ਦਾ ਰਾਜਨੀਤਿਕ ਦਲ। ਇਸ ਤਰ੍ਹਾਂ ਅਸੀਂ ਇਹ ਖਾਲਿਸਤਾਨ ਕੀਤੇ ਹਨ। ਸਹੀ ਜਾਂ ਗਲਤ, ਪ੍ਰਤੀਨਿਧਤਾ ਦਾ ਅਨਿੱਖੜਵਾਂ ਅੰਗ ਚੋਣਾਂ ਹਨ। ਬਿਲਕੁਲ ਸਹੀ ਹੈ। ਰਾਸ਼ਟਰਪਤੀ ਚੋਣ ਕਮਿਸ਼ਨ ਦਾ ਪ੍ਰਧਾਨ ਹੁੰਦਾ ਹੈ। ਗਲਤ ਹੈ, ਰਾਸ਼ਟਰਪਤੀ ਚੋਣ ਕਮਿਸ਼ਨ ਦੀ ਨਿਯੁਕਤੀ ਕਰਦਾ ਹੈ, ਚੋਣ ਕਮਿਸ਼ਨ ਦਾ ਪ੍ਰਧਾਨ ਨਹੀਂ ਹੁੰਦਾ। ਰਾਜਨੀਤਿਕ ਦਲ ਪ੍ਰਤੀਨਿਧਾਂ ਦੀ ਚੋਣ ਲੜਨ ਵਿੱਚ ਮਦਦ ਕਰਦੇ ਹਨ। ਆਪਣੇ ਆਪਣੇ ਉਮੀਦਵਾਰ ਚੋਣ ਦੇ ਵਿੱਚ ਉਤਾਰਦੇ ਹਨ ਅਤੇ ਉਹਨਾਂ ਨੂੰ ਜਿੱਤਣ ਵਾਸਤੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਹਨ। ਬਿਲਕੁਲ ਸਹੀ ਹੈ। ਰਾਸ਼ਟਰਪਤੀ ਚੋਣ ਕਮਿਸ਼ਨ ਦਾ ਪ੍ਰਧਾਨ ਹੁੰਦਾ ਹੈ, ਇਹ ਗਲਤ ਹੈ, ਕਿਉਂਕਿ ਅਸੀਂ ਨੇ ਉੱਪਰ ਪੜਿਆ ਇਸ ਦਾ ਪ੍ਰਧਾਨ ਚੋਣ ਕਮਿਸ਼ਨ ਹੁੰਦਾ ਹੈ। ਇੱਕ ਸੁਤੰਤਰ ਸੰਸਥਾ ਚੋਣ ਕਮਿਸ਼ਨ ਬਣਾਈ ਗਈ ਹੈ ਜਿਹੜੀ ਸੁਤੰਤਰ ਅਤੇ ਨਿਆਂਪੂਰਨ ਚੋਣਾਂ ਕਰਾਉਂਦੀ ਹੈ। ਇਸ ਦਾ ਪ੍ਰਧਾਨ ਚੋਣ ਕਮਿਸ਼ਨ ਹੁੰਦਾ ਹੈ, ਨਾ ਕਿ ਰਾਸ਼ਟਰਪਤੀ। ਰਾਸ਼ਟਰਪਤੀ ਤਾਂ ਚੋਣ ਕਮਿਸ਼ਨ ਦੀ ਨਿਯੁਕਤੀ ਕਰਦਾ ਹੈ, ਉਸ ਦਾ ਪ੍ਰਧਾਨ ਨਹੀਂ ਹੁੰਦਾ। ਇਸ ਤੋਂ ਅੱਗੇ ਅਸੀਂ ਕਰਦੇ ਹਾਂ ਇਹੀ ਸਲਾਈਡ ਸਾਡੀ ਅੰਗਰੇਜ਼ੀ ਮਾਧਿਅਮ 'ਚ। ਡੈਮੋਕ੍ਰੇਟਿਕ ਗੌਰਮੈਂਟ ਇਜ਼ ਕੀ ਹੁੰਦੀ ਆ? ਆਫ ਦਾ ਪੀਪਲ, ਫੋਰ ਦਾ ਪੀਪਲ ਐਂਡ ਬਾਏ ਦਾ ਪੀਪਲ। ਕਿਹਨੇ ਕਿਹਾ ਸੀ ਇਹ? ਅਮੈਰੀਕਾ ਦੇ ਰਾਸ਼ਟਰਪਤੀ, ਅਮੈਰੀਕਾ ਦੇ ਪ੍ਰੈਜ਼ੀਡੈਂਟ ਇਬਰਾਹਿਮ ਲਿੰਕਨ ਨੇ ਇਹ ਕਿਹਾ ਸੀ। ਵੀ ਆਰ ਦਾ ਪੀਪਲ ਰਨ ਦੇਅਰ ਗੌਰਮੈਂਟ ਥਰੂ ਦੇਅਰ ਇਲੈਕਟਡ ਰਿਪ੍ਰੈਜੈਂਟਿਵ, ਬਟ ਇਟ ਇਜ਼ ਕਾਲਡ ਇਨਡਾਇਰੈਕਟ ਡੈਮੋਕ੍ਰੇਸੀ, ਉਸਨੂੰ ਕਿਹਾ ਜਾਂਦਾ। ਫਿਲ ਇਨ ਦਾ ਬਲੈਂਕ, ਐਨ ਇੰਡੀਪੈਂਡੈਂਟ ਬੋਡੀ ਹੈਜ਼ ਬੀਨ ਸੈੱਟ ਅਪ ਫੋਰ ਦਾ ਇਲੈਕਟੋਰਲ ਪ੍ਰੋਸੈਸ ਇਨ ਇੰਡੀਆ। ਉਸਨੂੰ ਅਸੀਂ ਕੀ ਕਹਿੰਦੇ ਹਾਂ ਉਸ ਇੰਡੀਪੈਂਡੈਂਟ ਬੋਡੀ ਨੂੰ? ਉਸਨੂੰ ਅਸੀਂ ਕਹਿੰਦੇ ਹਾਂ ਐਨ ਇੰਡੀਪੈਂਡੈਂਟ ਬੋਡੀ ਦਾ ਇਲੈਕਸ਼ਨ ਕਮਿਸ਼ਨ। ਤਾਂ ਫਸਟ ਫਿਲਿੰਗ ਦੀ ਬਲੈਂਕ ਵਿੱਚ ਆਵੇਗਾ ਦਾ ਇਲੈਕਸ਼ਨ ਕਮਿਸ਼ਨ। ਫਸਟ ਫਿਲਿੰਗ ਦੀ ਬਲੈਂਕ। ਸੈਕਿੰਡ, ਦਾ ਅਪੁਆਇੰਟਮੈਂਟ ਆਫ ਇਲੈਕਸ਼ਨ ਕਮਿਸ਼ਨ ਇਜ਼ ਡਨ ਬਾਈ। ਦਾ ਪ੍ਰੈਜ਼ੀਡੈਂਟ, ਸੈਕਿੰਡ ਫਿਲਿੰਗ ਦਾ ਬਲੈਂਕ, ਬਾਏ ਦਾ ਪ੍ਰੈਜ਼ੀਡੈਂਟ।
ਕੌਣ ਕਰਦਾ? ਭਾਰਤ ਦਾ ਰਾਸ਼ਟਰਪਤੀ ਕਰਦਾ ਹੈ, ਬਾਏ ਦਾ ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦਾ ਰਾਸ਼ਟਰਪਤੀ ਕਰਦਾ ਹੈ। ਟਰੂ ਫਾਲਸ, ਇਲੈਕਸ਼ਨਸ ਆਰ ਐਨ ਇੰਟੈਗਰਲ ਪਾਰਟ ਆਫ ਰੀਪ੍ਰਜੈਂਟੇਸ਼ਨ। ਬਿਲਕੁਲ ਸਹੀ ਹੈ, ਟਰੂ ਹੈ। ਦਾ ਪ੍ਰੈਜ਼ੀਡੈਂਟ ਇਜ਼ ਦਾ ਚੇਅਰਮੈਨ ਆਫ ਦਾ ਇਲੈਕਸ਼ਨ ਕਮਿਸ਼ਨ। ਫਾਲਸ ਹੈ, ਇਲੈਕਸ਼ਨ ਕਮਿਸ਼ਨ ਚੇਅਰਮੈਨ ਪ੍ਰੈਜ਼ੀਡੈਂਟ ਨਹੀਂ ਹੁੰਦਾ, ਇਲੈਕਸ਼ਨ ਕਮਿਸ਼ਨ ਹੁੰਦਾ। ਇਹ ਫਾਲਸ ਹੈ, ਜਸਟ ਅਪੁਆਇੰਟਮੈਂਟ ਕਰਦਾ ਗਾ ਪ੍ਰੈਜ਼ੀਡੈਂਟ, ਨਾ ਕਿ ਉਹ ਚੇਅਰਮੈਨ ਹੁੰਦਾ। ਪੋਲੀਟੀਕਲ ਪਾਰਟੀ ਅਸਿਸਟ ਇਨ ਦਾ ਇਲੈਕਸ਼ਨ ਆਫ ਰਿਪ੍ਰਜੈਂਟੇਟਿਵਸ। ਟਰੂ, ਰਾਜਨੀਤਿਕ ਦਲ ਆਪਣੇ ਆਪਣੇ ਪ੍ਰਤੀਨਿਧ ਨੂੰ ਚੋਣ ਜਿੱਤਣ ਵਿੱਚ ਪੂਰਾ ਜ਼ੋਰ ਲਾਉਂਦੇ ਨੇ ਕਿ ਉਹ ਕਿਵੇਂ ਨਾ ਕਿਵੇਂ ਕਰਕੇ ਚੋਣ ਜਿੱਤ ਜਾਵੇ ਅਤੇ ਉਹਨਾਂ ਨੂੰ ਬਹੁਮਤ, ਉਹਨਾਂ ਨੂੰ ਮੈਜੋਰਟੀ ਮਿਲ ਜਾਵੇ ਅਤੇ ਉਹਨਾਂ ਦੀ ਸਰਕਾਰ ਬਣ ਜਾਵੇ। ਇਸ ਤਰ੍ਹਾਂ ਅਸੀਂ ਨੇ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਦੇ ਵਿੱਚ ਅੱਜ ਵਾਲਾ ਕੰਮ ਕੀਤਾ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਇਹ ਵੀਡੀਓ ਸ਼ੇਅਰ ਕਰੋ। ਧੰਨਵਾਦ।